ਅੱبو ਬਾਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਫਰੀਦਕੋਟ ਵਿੱਚ ਭਗਵੰਤ ਮਾਨ ਦੇ ਰੋਡ ਸ਼ੋਅ ਦਾ ਰੂਟ ਬਦਲਣਾ ਪਾਰਟੀ ਨੂੰ ਪਿਆ ਭਾਰੀ ਉਮੀਦਵਾਰ ਸੇਖੋਂ ਨੂੰ ਕਮਿਸ਼ਨ ਨੇ ਭੇਜਿਆ ਨੋਟਿਸ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚੇਰੇ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਰੂਟ ਸ਼ੋ ਪਾਰਟੀ ਨੂੰ ਮਨਜ਼ੂਰ ਸ਼ੂ ਦਾ ਰੂਟ ਦੀ ਬਜਾਏ ਦੂਜੇ ਰੂਟ ਤੋਂ ਰੂਟ ਸ਼ੋ ਕਰਨਾ ਮਹਿੰਗਾ ਪੈ ਗਿਆ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਗੁਰਦੇਵਤ ਸਿੰਘ ਸੇਖੋਂ ਨੂੰ ਬਦਲਾ ਰੂਟ ਤੇ ਰੋਡ ਸ਼ੋਅ ਕੱਢਣ ਦੇ ਜੂਨ ਜਾਬਤੇ ਦੇ ਨਿਯਮਾਂ ਦੀ ਉਲੰਘਣਾ ਮੰਨਦਿਆਂ ਜਾਂਚ ਤੋਂ ਬਾਅਦ ਕੇਸ ਦਰਜ ਕਰਨ ਦੇ ਨਾਲ ਨਾਲ ਨੋਟਿਸ ਜਾਰੀ ਕਰ ਦਿੱਤਾ ਹੈ ਹਿਜਾਬ ਨੂੰ ਲੈ ਕੇ ਸੁਨੀਲ ਜਾਕਰ ਦਾ ਪੀਐਮ ਤੇ ਹਮਲਾ ਕੱਲ ਨੂੰ ਸਿੱਖਾਂ ਦੀ ਪੱਗ ਵੀ ਉੱਤੇ ਉਠਣਗੇ ਸਵਾਲ ਪੰਜਾਬਾਰੇ ਮੋਦੀ ਨੂੰ ਦੇਣਾ ਹੋਵੇਗਾ ਜਵਾਬ ਕਰਨਾਟਕ ਦੇ ਹਿਜਾਬ ਵਿਵਾਦ ਹੁਣ ਹੋਰ ਰਾਜਾਂ ਦੇ ਵਿੱਚ ਵੀ ਜੂੜ ਫੜਦਾ ਜਾ ਰਿਹਾ ਇਸ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਹਿਜਾਬ ਦਾ ਮੁੱਦਾ ਚੁੱਕਿਆ ਹੈ ਕਾਂਗਰਸ ਸੀ ਆਗੂ ਸੁਨੀਲ ਜਾਖੜ ਨੇ ਕਿਹਾ ਜੇਕਰ ਅੱਜ ਹਿਜਾਬ ਤੇ ਸਵਾਲ ਉਠਾਏ ਜਾ ਰਹੇ ਹਨ ਤਾਂ ਕੱਲ ਸਿੱਖਾਂ ਦੀ ਪੱਗ ਤੇ ਵੀ ਸਵਾਲ ਉੱਠ ਸਕਦੇ ਨੇ ਅਜਿਹੇ ਵਿੱਚ 14 ਤਰੀਕ ਨੂੰ ਪੰਜਾਬ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਪੂਰੇ ਵਿਵਾਦ ਦਾ ਜਵਾਬ ਦੇਣਾ ਹੋਵੇਗਾ ਸੁਨੀਲ ਜਾਖੜ ਦੇ ਨੇ ਹਿਜਾਬ ਮੁੱਦੇ ਤੇ ਐਸਡੀਪੀਜ਼ੀ ਤੇ ਅਕਾਲ ਤਖਤ ਸਾਹਿਬ ਦੀ ਚੁੱਪ ਤੇ ਸਵਾਲ ਚੁੱਕੇ ਨੇ ਕੇਸ ਨੂੰ ਕਰਨਾਟਕ ਹਾਈ ਕੋਰਟ ਤੋਂ ਸੁਪਰੀਮ ਕੋਰਟ ਵਿੱਚ ਤਬਦੀਲ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਅਦਾਲਤ ਨੇ ਸਾਫ਼ ਕਿਹਾ ਕਿ ਇਸ ਮਾਮਲੇ ਦੀ ਪੂਰੀ ਸੁਣਵਾਈ ਕਰਨਾਟਕ ਹਾਈ ਕੋਰਟ ਪਹਿਲਾਂ ਕਰੇ ਵਾਪਸ ਲਏ ਗਏ ਤਿੰਨ ਖੇਤੀ ਕਾਨੂੰਨ ਮੋੜ ਲਿਆਉਣ ਦੀ ਕੋਈ ਯੋਜਨਾ ਨਹੀਂ ਤੋਮਰ ਸ਼ੁੱਕਰਵਾਰ ਨੂੰ ਰਾਤ ਸਭਾ ਦੇ ਵਿੱਚ ਕਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਵਾਪਸ ਲਏ ਗਏ ਤਿੰਨ ਖੇਤੀ ਕਾਨੂੰਨ ਮੋੜ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੂਮਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਵਾਪਸ ਲਏ ਗਏ ਤਿੰਨੋਂ ਖੇਤੀ ਕਾਨੂੰਨ ਭਵਿੱਖ ਵਿੱਚ ਮੋੜ ਲਿਆਉਣ ਦੀ ਹਾਲੇ ਤੱਕ ਤਾਂ ਸਰਕਾਰ ਦੀ ਕੋਈ ਯੋਜਨਾ ਨਹੀਂ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਕਾ ਰਾਜ ਮਲਕਾ ਰਜਨ ਖੜਗੇ ਨੇ ਸਵਾਲ ਕੀਤਾ ਕਿ ਵਾਪਸ ਲਾ ਕੇ ਖੇਤੀ ਕਾਨੂੰਨਾਂ ਨੂੰ ਭਵਿੱਖ ਚ ਮੋੜ ਲਿਆਉਣ ਦੀ ਸਰਕਾਰ ਦੀ ਕੋਈ ਯੋਜਨਾ ਹੈ ਖੜਕੇ ਨੇ ਇਹ ਸਵਾਲ ਕੀਤਾ ਕਿ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਵਿਰੋਧ ਪ੍ਰਦਰਸ਼ਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਪ੍ਰਦਾਨ ਕਰੇਗੀ ਇਸ ਦੇ ਜਵਾਬ ਵਿੱਚ ਤੂਮਰ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਆਦ ਦਾ ਵਿਸ਼ਾ ਸੂਬਾ ਸਰਕਾਰਾਂ ਦੇ ਕੋਲ ਹੈ ਪੈਨਸ਼ਨਰਾਂ ਨੂੰ ਵਿੱਲੋ ਮਿੱਤ ਮੰਤਰੀ ਮਾਨਪ੍ਰੀਤ ਬਾਦਲ ਨੂੰ ਹਰਾਉਣ ਦਾ ਸੱਦਾ ਵੱਡੀ ਖਬਰ ਆ ਦੋਸਤੋ ਪਰ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤੁਹਾਡੀ ਕਿਸ ਪਾਰਟੀ ਨੂੰ ਵੋਟ ਤੇ ਸਪੋਰਟ ਹੋਵੇਗੀ ਉਸ ਪਾਰਟੀ ਦਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਅੱਜ ਪੰਜਾਬ ਸਰਕਾਰ ਦੇ ਸੇਵਾਮੁਕਤ ਮੁਲਾਜ਼ਮਾ ਨੇ ਬਟਿੰਡਾ ਸ਼ਹਿਰੀ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਆ ਕਿ ਜਿੰਨਾ ਨੁਕਸਾਨ ਪੰਜਾਬ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਰਾਜ ਵਿੱਚ ਹੋਇਆ ਏ ਉਸ ਨੂੰ ਦੇਖਿਆ ਏ ਉਹ ਅਜੇ ਹੀ ਲੋਕ ਵਿਰੋਧੀ ਆਗੂਆਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ 'ਤੇ ਚੜਨ ਦੇਣ ਇਨ੍ਹਾਂ ਬਾਬੇ ਇਨ੍ਹਾਂ ਬਾਬੇ ਮੁਲਾਜ਼ਮਾ ਦੀ ਦੁਹਾਈ ਦਿੱਤੀ ਕਿ ਕਿੱਡੀ ਸਤਮ ਜਰੀਫੀ ਆ ਕਿ ਮਨਪ੍ਰੀਤ ਬਾਦਲ ਉਹਨਾਂ ਨਾਲ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਧੱਕੇਸ਼ਾਹੀਆਂ ਕਰਦੇ ਆ ਰਹੇ ਹਨ ਪੰਜਾਬ ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝਾ ਫਰੰਟ ਦੇ ਸਦ ਦੇ ਤਹਿਤ ਅੱਜ ਵਿੱਤ ਮੰਤਰੀ ਖਿਲਾਫ ਝੰਡਾ ਮਾਰਚ ਕੀਤਾ ਗਿਆ। ਸੇਵਾਮੁਕਤ ਮੁਲਾਜ਼ਮ ਪ੍ਰਕਾਸ਼ ਚੰਦ ਦੇ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਮਾੜੀਆਂ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਦੇ ਵਿੱਚ ਨਿਸ਼ਾਵਾਰ ਕੀਤਾ। ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੜਪਾਦ ਪਾਜੂ ਸ਼ਾਮਲ ਸ਼੍ਰੀ ਹਰਗੋਬਿੰਦਪੁਰਵਾ ਦਾ ਇੱਕ ਬਲਵੰਦਰ ਸਿੰਘ ਲਾਡੀ ਭਾਜਪਾ ਦੇ ਸਖਤਰ ਤਰਨਚੁੱਕ ਦੀ ਹਾਜ਼ਰੀ ਵਿੱਚ ਮੋੜ ਸ਼ਾਮਲ ਹੋ ਚੁੱਕੇ ਨੇ ਸੀਐਮ ਚੰਨੀ ਦਾ ਸ਼ਬਦੀ ਹਮਲਾ ਕਿਹਾ 12 ਵਿੱਚੋਂ 3 ਸਾਲ ਲਾਉਣ ਵਾਲਾ ਭਗਵੰਤ ਮਾਨ ਰਬੜ ਦੀ ਸਟੈਂਪ ਬਾਬਾ ਬਕਾਲਾ ਹਲਕੇ ਤੋਂ ਮੁੱਖ ਮੰਤਰੀ ਚੰਨੀ ਨੇ ਆਮ ਆਦਮੀ ਪਾਰਟੀ ਦੇ ਅਤੇ ਭਗਵੰਤ ਮਾਨ ਤੇ ਕਈ ਨਿਸ਼ਾਨੇ ਵਿੰਨੇ ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਰਬੜ ਦਾ ਸਟੈਂਪ ਹੈ ਉਸ ਕੋਲ ਬਹੁਤ ਜ਼ਾਇਦਾ ਤਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਭਗਵੰਤ ਮਾਨ ਦੀ ਸਿੱਖਿਆ ਨੂੰ ਲੈ ਕੇ ਕਈ ਸਵਾਲ ਚੁੱਕੇ। ਉਹਨਾਂ ਨੇ ਕਿਹਾ ਜੀ 12ਵੀਂ ਵਿੱਚ 3 ਸਾਲ ਲਾਏ ਨੇ ਉਹ ਅਨਪੜ੍ਹ ਬੰਦਾ ਹੈ ਜਿਹੇ ਬੰਦੇ ਪੰਜਾਬ ਦਾ ਭਵਿੱਖ ਨਹੀਂ ਸਵਾਰ ਸਕਦੇ। ਚੰਡੀਗੜ੍ਹ ਵਿੱਚ ਹੁਣ ਸੀਸੀਟੀਵੀ ਕੈਮਰਾ ਰਾਹੀਂ ਨਹੀਂ ਕੀਤਾ ਜਾਵੇਗਾ ਚਲਾਣ ਯੂਟੀ ਪ੍ਰਸ਼ਾਸਨ ਨੇ ਮੁੜ ਸੜਕਾਂ ਤੇ ਕੈਮਰੇ ਲਾਏ ਹੋਏ ਹਨ ਪ੍ਰਸ਼ਾਸਨ ਵੱਲੋਂ ਸੜਕੀ ਆਵਾਜਾਈ ਨੂੰ ਕਾਨੂੰਨ ਵਿਵਸਥਾ ਦੀ ਨਿਗਰਾਨੀ ਦੇ ਉਦੇਸ਼ ਦੇ ਨਾਲ ਇੰਟਰਗ੍ਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਦੀ ਵਿਵਸਥਾ ਕੀਤੀ ਗਈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਾ ਰਾਹੀਂ ਨਿਗਰਾਨੀ ਦੇ ਉਦੇਸ਼ ਨਾਲ ਆਈ ਸੀ 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 ਨੂੰ 2 ਹੋਰ ਮਹੀਨਿਆਂ ਦਾ ਸਮਾਂ ਲੱਗ ਜਾਵੇਗਾ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੀ ਕਮਿਸ਼ਨਰ ਕਮ ਸੀਈਓ ਅਨਿ ਦਿੱਤਾ ਮਿੱਤਰਾਂ ਨੇ ਕਿਹਾ ਹੈ ਕਿ ਹਾਈ ਟੈਕ ਸੈਂਟਰ 222 ਦੇ ਜਨਵਰੀ ਵਿੱਚ ਚਾਲੂ ਹੋਏ ਹਨ ਪਰ ਨਿਰਧਾਰਤ ਸਮੇਂ ਉਤੇ ਚਾਲੂ ਨਹੀਂ ਹੋ ਸਕੇ ਯੂਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਈ ਟੈਕ ਸੈਂਟਰ ਮੁਕੰਮਲ ਤੌਰ ਤੇ 31 ਮਾਰਚ ਤੱਕ ਲਾਗੂ ਹੋ ਜਾਣਗੇ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਤੇ ਸਿੱਧੂ ਦੇ ਨਈ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਸੋ ਇਹ ਵੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਦੋਸਤੋ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤਰਨਪਟਾਲਾ ਅਤੇ ਅਮਰਤਸਰ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਕੇਜਰੀਵਾਲ ਸੁਖਬੀਰ ਬਾਦਲ ਤਾਂ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਵੋਟਾਂ ਮੰਗਣ ਪਹੁੰਚ ਚੁੱਕੇ ਨੇ ਪਰ ਕੈਪਟਨ ਅਤੇ ਸਿੱਧੂ ਨੇ ਫਿਲਹਾਲ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਨਹੀਂ ਕੀਤਾ ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਕੈਪਟਨ ਅਤੇ ਕਾਂਗਰਸ ਸਿੱਧੂ ਨੂੰ ਅੰਦਰ ਖਾਤੇ ਬਾਹਰ ਰਹਿਣ ਦੇ ਇੱਕ ਦੂਜੇ ਦੇ ਖਿਲਾਫ ਜੰਮ ਕੇ ਪੜਾਸ ਕੱਢ ਰਹੇ ਹਨ ਕਾਂਗਰਸ ਨੂੰ ਇੱਕ ਹੋਰ ਝਟਕਾ ਸਾਬਕਾ ਕੌਂਸਲਰ ਅਤੇ ਮੀਤ ਜ਼ਿਲ੍ਹਾ ਪ੍ਰਧਾਨ ਸਤਪਾਲ ਡੋਡਾ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਲ ਪੰਜਾਬ ਕਾਂਗਰਸ ਨੂੰ ਇੱਕ ਵਾਰ ਹੋਰ ਵੱਡਾ ਝਟਕਾ ਲੱਗਾ ਹੈ ਜਿੱਥੇ ਸ਼ੁੱਕਰਵਾਰ ਨੂੰ ਫਰੀਦਕੋਟ ਤੋਂ ਸਾਬਕਾ ਕਾਂਗਰਸੀ ਕੌਂਸਲਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਤਪਾਲ ਡੋਡਾ ਆਮ ਆਦਮੀ ਪਾਰਟੀ ਦੇ ਮਾਮਲ ਪੰਜਾਬ ਮਾਮਲਿਆਂ ਦੇ ਸੈਨ ਚਾਰਜ ਰਾਗਵ ਚੱਡਾ ਦੀ ਮੌਜੂਦਗੀ ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਵੱਡੀ ਖਬਰ ਹੈ ਜੀ 82 ਵਿਖੇ ਰੂਟ ਸ਼ੋਅ ਦੌਰਾਨ ਭਗਵੰਤ ਮਾਨ ਦੇ ਮੂੰਹ ਤੇ ਵਗਾ ਕੇ ਮਾਰੀ ਚੀਜ਼ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੈ ਹਲਕਾ 82 ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਚੋਣ ਰੈਲੀ ਕੀਤੀ ਜਾ ਰਹੀ ਸੀ ਇਸ ਦੌਰਾਨ ਹਫੜਾ ਦਫੜੀ ਮੱਚ ਗਈ ਜਦੋਂ ਭਗਵੰਤ ਮਾਨ ਤੇ ਹਮਲਾ ਹੋ ਗਿਆ ਸੋ ਭਗਵੰਤ ਮਾਨ ਰੂਟ ਸ਼ੋਅ ਕਰ ਰਹੇ ਸਨ ਇਸ ਤਰ੍ਹਾਂ ਕਿਸੇ ਸ਼ਖਸ ਨੇ ਉਹਨਾਂ ਦੇ ਮੂੰਹ ਤੇ ਕੋਈ ਚੀਜ਼ ਵਗਾ ਕੇ ਮਾਰੀ ਪੱਥਰ ਵੱਜਣ ਤੋਂ ਬਾਅਦ ਭਗਵੰਤ ਮਾਨ ਨੂੰ ਕੁਝ ਸਮੇਂ ਲਈ ਆਪਣੀ ਗੱਡੀ ਦੇ ਅੰਦਰ ਬੈਠ ਗਏ ਪਰ ਬਾਅਦ ਵਿੱਚ ਉਹਨਾਂ ਨੇ ਫਿਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕ੍ਰਿਪਟੋਕਰੰਸੀ ਤੇ ਟੈਕਸ ਲਾਉਣ ਦਾ ਮਤਲਬ ਕਾਨੂੰਨੀ ਮਾਨਤਾ ਦੇਣੀ ਨਹੀਂ ਵਿੱਤ ਮੰਤਰੀ ਦੇਸ਼ ਦੇ ਵਿੱਚ ਕ੍ਰਿਪਟੋਕਰੰਸੀ ਦੀ ਮਾਨਤਾ ਨੂੰ ਸਪਸ਼ਟ ਕਰਦੇ ਹੋਏ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਕਿਹਾ ਕਿ ਬਿਟਕੋਇਨ ਵਰਗੀਆਂ ਗੈਰ ਮੌਖਿਕ ਜਾਇਦਾਦਾਂ ਦੇ ਟੈਕਸ ਲਾਉਣ ਦਾ ਮਤਲਬ ਉਹਨਾਂ ਨੂੰ ਕਾਨੂੰਨੀ ਬਣਾਉਣਾ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕ੍ਰਿਪਟੋਕਰੰਸੀ ਨੂੰ ਕਾਨੂੰਨੀ ਬਣਾਉਣ ਜਾਂ پابੰਦੀ ਲਾਉਣ ਲਈ ਕੋਜ ਨਹੀਂ ਕਰ ਰਹੇ सीताराम ਨੇ ਸ਼ੁੱਕਰਵਾਰ ਨੂੰ ਰਾਜ ਸਭਾ ਨੂੰ ਕ੍ਰਿਪਟੋ ਕਰੰਸੀ ਦੇ ਸਰਕਾਰ ਦਾ ਰੁਖ ਸਪਸ਼ਟ ਕਰਦੇ ਹੋਏ ਇਹ ਗੱਲ ਕਹੀ ਆ ਵਿੱਤੀ ਸਾਲ 2022-23 ਦੀ ਕੇਂਦਰੀ ਬਜਟ ਅਤੇ ਰਾਜ ਸਭਾ ਨੂੰ ਚਰਚਾ ਦਾ ਜਵਾਬ ਦਿੰਦੇ ਹੋਏ ਨਿਰਮਲਾ सीताराम ਨੇ ਕਿਹਾ ਕਿ ਸਰਕਾਰ ਨੇ ਸਿਰਫ ਡਿਜੀਟਲ ਸੰਪਤੀਆਂ ਤੋਂ ਹੋਣ ਵਾਲੀ ਆਮਦਨ ਤੇ ਟੈਕਸ ਲਾਇਆ ਹੈ ਸਿੱਧੂ ਮੂਸੇਵਾਲਾ ਕਰਨਗੇ ਵੀਰਕਾ ਵਿੱਚ ਨਵਜੂਤ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਅਜੇ ਮਿਸ਼ਰਾ ਨੂੰ ਜ਼ਮਾਨਤ ਦਿੱਤੇ ਜਾਣ ਤੇ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕਿਸਾਨ ਅੰਦolan ਗੱਡੀਆਂ ਢੇਠਾਂ ਕੋਤਲਕੇ ਕਿਸਾਨਾਂ ਨੂੰ ਮਾਰੇ ਜਾਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੋਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੇ ਜਾਣ ਦੇ ਖਿਲਾਫ ਕਿਸਾਨਾਂ ਨੇ ਸੀਐਮ ਸਿਟੀ ਹਰਿਆਣਾ ਕਰਨਾਲ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਕੇਂਦਰੀ ਮੰਤਰੀ ਟੋਨੀ ਦਾ ਪੁਤਲਾ ਫੂਕਿਆ ਪੰਜਾਬ ਦੀ ਖੁਸ਼ਹਾਲੀ ਲਈ ਮੇਰੇ ਦਿਔਰ ਭਗਵੰਤ ਮਾਨ ਨੂੰ ਜਿਤਾਉ ਸੁਨੀਤਾ ਗਰੇਵਾਲ ਦਾ ਵੱਡਾ ਬਿਆਨ ਲੋਕਾਂ ਨੂੰ ਆਸ ਦੀ ਕਿਰਨ ਕੇਜੜੀਵਾਲ ਅਤੇ ਭਗਵੰਤ ਮਾਨ ਜੋੜੀ ਵਿੱਚੋਂ ਦਿਖ ਰਹੀ ਆ ਮਨਪ੍ਰੀਤ ਕੌਰ ਨਵੇਂ ਲੇਬਰ ਕੋਡ ਦੇ ਬਦਲਾਅ ਦੀ ਤਿਆਰੀ ਚ ਹੈ ਮੋਦੀ ਸਰਕਾਰ ਕੀ ਹੁਣ ਘਟੇਗੀ ਕਰਮਚਾਰੀਆਂ ਦੀ ਤਨਖਾਹ ਮੋਦੀ ਸਰਕਾਰ ਨਵੇਂ ਲੇਬਰ ਕੋਡ ਦੇ ਵਿੱਚ ਬਦਲਾਅ ਦੀ ਤਿਆਰੀ ਕਰ ਰਹੀ ਹੈ ਇਸ ਦੇ ਲਾਗੂ ਹੁੰਦੇ ਹੀ ਤਨਖਾਹਾਂ ਦੇ ਵਿੱਚ ਪੱਤੇ ਦੀ ਹਿੱਸੇਦਾਰੀ ਘਟ ਜਾਵੇਗੀ ਇਸ ਦੇ ਤਹਿਤ ਪਹਿਲਾ ਸਾਲ ਦੇ ਪੱਤੇ ਦੀ ਤਨਖਾਹ ਸੀਮਾ 70 ਤੋਂ 75 ਤੋਂ 80% ਦੀ ਹੋਵੇਗੀ 3 ਸਾਲਾਂ ਵਿੱਚ ਘਟ ਕੇ 50% ਦੀ ਰਹਿ ਜਾਵੇਗੀ ਜ਼ਿਕਰ ਜੋਗ ਹੈ ਕਿ ਪ੍ਰਸਤਾਵਿਤ ਕੀਤੇ ਗਏ ਨਵੇਂ ਲੇਬਰ ਕੋਡ ਵਿੱਚ ਨੌਕਰੀਆਂ ਦੀ ਸ਼ਾਂਤੀ ਜਾਂ ਕਾਰੋਬਾਰ ਬੰਦ ਕਰਨ ਦੀ 300 ਕਰਮਚਾਰੀਆਂ ਦੀ ਸੀਮਾ ਨੇ ਦਰਤ ਕੀਤੀ ਗਈ ਆ ਇਸ ਦੇ ਨਾਲ ਹੀ ਦੱਸਦੀ ਹੈ ਕਿ ਨਵੇਂ ਲੇਬਰ ਕੋਡ ਵਿੱਚ ਤਨਖਾਹ ਅਤੇ ਪੱਤੇ ਸ਼ਾਮਲ ਹੋਣਗੇ ਇਸ ਵਿੱਚ ਮੂਲ ਤਨਖਾਹ ਮੰਗਿਆਈ ਪੱਤੇ ਪਰ ਕਰਾਰ ਰੱਖਣ ਵਾਲੇ ਪੱਤੇ ਵੀ ਸ਼ਾਮਲ ਹੋਣਗੇ ਨਵਜੋਤ ਸਿੱਧੂ ਦੀ ਧੀ ਰਾਵੀਆ ਨੇ ਵਿਆਹ ਦੇ ਲਈ ਰੱਖੀ ਸ਼ਰਤ ਪਿਤਾ ਦੀ ਜਿੱਤ ਤੋਂ ਬਾਅਦ ਹੀ ਕਰਾਵਾਂਗੀ ਵਿਆਹ ਚੋਣ ਮੈਦਾਨ ਦੇ ਵਿੱਚ ਨਿਤਰੇ ਹਨ ਸਿੱਧੂ ਤੇ ਮੰਜੀਠੀਆ ਦਾ ਸਿਆਸੀ ਦੁਸ਼ਮਣੀ ਕਿਸੇ ਤੁਲੁਕੀ ਨਹੀਂ ਹੋਈ 20 ਸਾਲ ਹੋ ਗਏ ਸਿੱਧੂ ਦੀ ਘਰਵਾਲੀ ਨੇ ਰਖੜੀ ਨਹੀਂ ਬੰਨਣ ਦਿੱਤੀ ਸੁਮਨਪੂਰ ਬੋਲੀ ਕਾਂਗਰਸ ਹਾਈ ਕਮਾਂਡ ਨੂੰ ਵੀ ਦੱਸਾਂਗੀ ਦੁਖੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੂਤ ਸਿੱਧੂ ਦੀ ਭੈਣ ਨੇ ਸ਼ੁੱਕਰਵਾਰ ਨੂੰ ਮੋੜ ਆਪਣੇ ਭਰਾ ਤੇ ਗੁੱਸਾ ਕੀਤਾ ਦੱਸਦੀ ਹੈ ਨਵਜੂਤ ਸਿੱਧੂ ਅਮਰਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ ਅਤੇ ਉਹਨਾਂ ਦੀ ਭੈਣ ਵੱਲੋਂ ਸਿੱਧੂ ਦੇ ਤਿੱਕੇ ਨਿਸ਼ਾਨੇ ਵਿੱਡੇ ਗਏ ਹਨ ਉਹਨਾਂ ਨਵਜੂਤ ਸਿੰਘ ਸਿੱਧੂ ਤੇ ਨਵਜੂਤਕਰ ਸਿੱਧੂ ਨੂੰ ਮੂੰਹ ਬੰਦ ਰੱਖਣ ਲਈ ਕਹਿੰਦੇ ਆ ਕਿ ਆ ਕਿ ਉਹ ਦੋਵੇਂ ਬਕਵਾਸ ਨਾ ਕਰਨ ਨਵਜੋਤ ਸਿੱਧੂ ਦਾ ਵੱਡਾ ਦਾਵਾ ਡਰ ਕਾਰਨ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਿਹਾ ਵਿਕਰਮ ਜੁਟਿਆ ਪੰਜਾਬ ਦੇ ਵਿੱਚ ਕਦੀ ਵੀ ਦੁਬਾਰਾ ਕਾਲੀਆਂ ਦੀ ਸਰਕਾਰ ਨਹੀਂ ਬਣ ਸਕਦੀ ਗੁਰਨਾਮ ਸਿੰਘ ਚੜੂਨੀ ਦੇ ਸਮਰਥਨ ਚ ਆਏ ਕਿਸਾਨ ਕਿਹਾ ਜਿਨ੍ਹਾਂ ਨੇ ਸਾਥ ਛੱਡਿਆ ਉਹ ਉਹਨਾਂ ਦਾ ਨਿੱਜੀ ਫੈਸਲਾ ਦੋ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਦਿੱਤੇ ਤਗੜੇ ਝੜ ਕੇ ਤੋਂ ਬਾਅਦ ਅੱਜ ਵੱਡੀ ਗਿਣਤੀ ਚੋਂ ਕਿਸਾਨ ਚੜੂਨੀ ਦੇ ਸਮਰਥਨ ਵਿੱਚ ਆਏ ਹਮ ਜਿਨ੍ਹਾਂ ਨੇ ਐਲਾਨ ਕੀਤਾ ਕਿ ਜ਼ਿਲ੍ਹੇ ਦੇ ਕਿਸਾਨ ਚੜੂਨੀ ਦੇ ਨਾਲ ਹਨ ਅਤੇ ਜਿਹੜੇ ਸਾਥ ਛੱਡ ਗਏ ਹਨ ਉਹ ਆਪਣੇ ਨਿੱਜੀ ਕਾਰਨਾਂ ਦੇ ਕਰਕੇ ਗਏ ਨੇ ਇਸ ਮੌਕੇ ਦੱਸਿਆ ਕਿ ਗਰਨਾਮ ਸਿੰਘ ਚੜੂਨੀ ਅਗਾਮੀ ਵੀ 22 ਫਰਵਰੀ ਨੂੰ ਕਰਨਾਲ ਆਉਣਗੇ ਜਿਨ੍ਹਾਂ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ ਪੰਜਾਬ ਦੀ ਰਾਜਨੀਤਿਕ ਸੇਤ ਸੁਧਾਰਨ ਦੇ ਲਈ 30 ਡਾਕਟਰ ਮੈਦਾਨ ਦੇ ਵਿੱਚ ਉਤਰੇ ਨੇ ਸੋ ਜਿਨ੍ਹਾਂ ਦੇ ਵਿੱਚੋਂ ਕੁਝ ਤਾਂ ਐਮਬੀਬੀਐਸ ਕਰ ਚੁੱਕੇ ਨੇ ਤੇ ਕੁਝ ਨੇ ਪੀਐਚਡੀ ਕੀਤੀ ਆ ਸੋ ਸੁਖਦੇਵ ਸਿੰਘ ਢੀਂਡਸਾ ਦੀ ਗਵਾਈ ਵਾਲੇ ਸ਼੍ਰੋਮਣੀ ਕਾਲੀਦਾਲ ਸੰਗਠਨ ਨੂੰ ਛੱਡ ਕੇ ਹਰ ਦਲ ਤੋਂ ਡਾਕਟਰਾਂ ਨੂੰ ਚੋਣ ਲੜਾਈ ਜਾ ਰਹੀ ਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਾਬਾ ਬਕਾਲਾ ਵਿਖੇ ਕਿਸਾਨਾਂ ਤੇ ਭਾਜਪਾ ਸਮਰਥਕਾਂ ਦੇ ਵਿਚਾਲੇ ਟਕਰਾਅ ਹੋ ਗਿਆ ਜੀ ਵਾਧ ਪੁਮੇਦਵਾਰ ਮਨਜੀਤ ਮਾਨਾ ਦਾ ਵਿਰੋਧ ਕੀਤਾ ਗਿਆ ਦੋਵੇਂ ਪਾਸੇ ਨਾਰੇਬਾਜੀ ਹੋਈ ਪੁਲਿਸ ਨੇ ਪਹੁੰਚ ਕੇ ਮੌਕਾ ਸੰਭਾਲਿਆ ਉਤਰਨ ਪਾਜਪਾ ਦੇ ਕੌਮੀ ਸਕੱਤਰ ਤਰਨਚੋਗ ਨੇ ਭਾਰੀ ਸੁਰੱਖਿਆ ਦੇ ਵਿੱਚ ਇਕੱਠ ਨੂੰ ਸੰਬੋਧਨ ਕੀਤਾ ਬੇਸ਼ੱਕ ਕਿਸਾਨੀ ਅੰਦੋਲਨ ਇੱਕ ਸਾਲ ਚੱਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਕਰਨ ਉਪਰੰਤ ਸਮਾਪਤ ਹੋ ਗਿਆ ਪਰ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਥਾਵਾਂ ਤੇ ਪਾਜਪਾ ਅਗਮਾਨ ਨੂੰ ਅਜੇ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੁਰਦਾਸਪੁਰ ਦੇ ਵਿੱਚ ਗੈਸ ਸਿਲੰਡਰ ਫਟਣ ਦੇ ਨਾਲ ਦੋ ਜਾਨਵਰ ਸੜਕ ਤੇ ਸੜਕੇ ਮਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਅਵਾਖਾ ਵਿੱਚ ਗੁਜਰਪਾਈ ਚਾਰੇ ਦੇ ਇੱਕ ਵਿਅਕਤੀ ਦੇ ਘਰ ਸ਼ੁੱਕਰਵਾਰ ਤੜਕੇ 4 ਵਜੇ ਗੈਸ ਸਿਲੰਡਰ ਫਟਣ ਨਾਲ ਅੱਗ ਲੱਗ ਗਈ ਜਿਸ ਕਰਕੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਦੇ ਵਿੱਚ ਇੱਕ ਜਾਨਵਰ ਤੇ ਮੁਰਗਾ ਵੀ ਸੜ ਕੇ ਮਰ ਗਿਆ ਦੱਸਦੀ ਹੈ ਹਾਦਸਾ ਸਵੇਰੇ ਖਾਣਾ ਪਕਾਉਂਦੇ ਸਮੇਂ ਗੈਸ ਸਿਲੰਡਰ ਲੀਕ ਹੋਣ ਤੋਂ ਬਾਅਦ ਵਾਪਰਿਆ ਸੱਤ ਜਥੇਬੰਦੀਆਂ ਨੇ ਵੋਟਨਾਪਾਉਂਦੀ ਕੀਤੀ ਆਪੀਲ ਚੋਣ ਬਾਈਕਾਟ ਮੁਹਿੰਮ ਸਾਂਝੀ ਮਹਿਮਾ ਕਮੇਟੀ ਪੰਜਾਬ ਦੇ ਵੱਲੋਂ ਵੋਟਾਂ ਦਾ ਬਾਈਕਾਰਟ ਦਾ ਨਾਹਰਾ ਬੁਲੰਦ ਕਰਦੇ ਹੋਏ ਮੋਗਾ ਦੀ ਦਾਣਾ ਮੰਡੀ ਵਿੱਚ ਰੂਸ ਰੈਲੀ ਕੀਤੀ ਗਈ ਹੈ ਇਸ ਮੌਕੇ ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸਰਦੀਤ ਫੂਲ ਨੇ ਕਿਹਾ ਹੈ ਕਿ ਅਸੀਂ ਵਿਰੋਧ ਕਰਦੇ ਹਾਂ ਵੋਟਾਂ ਨਾ ਪਾਉਣ ਦਾ ਕਸ਼ਮੀਰ ਵਿੱਚ ਅੱਤਵਾਦੀ ਹਮਲਾ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਤਿੰਨ ਜ਼ਖਮੀ ਕਸ਼ਮੀਰ ਦੇ ਬਾਂਦੀਪੂਰਾ ਵਿੱਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਪੁਲਿਸ ਪਾਰਟੀ ਦੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਪੁਲਿਸ ਕਰਮਚਾਰੀ ਸ਼ਹੀਦ ਹੋਇਆ ਤੇ ਤਿੰਨ ਹੋਰ ਜਵਾਨ ਜ਼ਖਮੀ ਹੋ ਗਏ ਨਦਕਾਰ ਤੋਂ ਸੂਤਰਾਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਂਦੀ ਪੂਰਾ ਸ਼ਹਿਰ ਵਿੱਚ ਅੱਤਵਾਦੀਆਂ ਨੇ ਪੁਲਿਸ ਪਾਰਟੀ ਦੇ ਗ੍ਰੇਨੇਡ ਸੁੱਟਿਆ ਜਿਸ ਤੋਂ ਚਾਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸਰਕਾਰ ਦੇ ਵੱਲੋਂ ਪੈਨਸ਼ਨਰਾਂ ਦੀ ਮੁਲਾਜ਼ਮਾਂ ਦੀ ਤਨਖਾਹ ਸੋਧ ਰਿਪੋਰਟ ਲਾਗੂ ਕਰ ਦਿੱਤੀ ਗਈ ਹੈ ਜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਵਿੱਢੇ ਸੰਘਰਸ਼ ਤੋਂ ਬਾਅਦ ਆਖਰਕਾਰ ਪੰਜਾਬ ਸਰਕਾਰ ਨੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਿੱਤਾ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ ਪੰਜਾਬ ਗਵਰਨਮੈਂਟ ਪੈਨਸ਼ਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਰਦੇਵ ਸਿੰਘ ਨੇ ਦੱਸਿਆ ਕਿ 14-15 ਵਿੱਚ ਜਿਨ੍ਹਾਂ ਮੁਲਾਜ਼ਮਾਂ ਨੂੰ ਉਹਨਾਂ ਦੀ ਸੇਵਾ ਵਿੱਚ ਦੋ ਵਾਰ ਵਾਅਦਾ ਕੀਤਾ ਗਿਆ ਸੀ ਉਹਨਾਂ ਦੀ ਪੈਨਸ਼ਨ ਵਿੱਚ ਤਨਖਾਹ ਕਮਿਸ਼ਨ ਅਨੁਸਾਰ ਸੋਧ ਨਹੀਂ ਕੀਤੀ ਗਈ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਪ੍ਰਚਾਰ ਵਿੱਚ ਮਿਲ ਰਿਹਾ ਪਰਮਾ ਹੰਗਾਰਾ ਪੰਜਾਬ ਇਲੈਕਸ਼ਨ 2022 ਮੋੜ ਹਲਕੇ ਨੂੰ ਗੈਂਗਸਟਰਾਂ ਦੀ ਲੋੜ ਨਹੀਂ ਮੋੜ ਦੇ ਪੁੱਤ ਸੁਖਵੀਰ ਮਾਈ ਸਰਖਾਨਾ ਦੀ ਲੋੜ ਰਾਗਵ ਚੱਡਾ ਆਮ ਆਦਮੀ ਪਾਰਟੀ ਦਾ ਕੌਮੀ ਬੁਲਾਰੇ ਪੰਜਾਬ ਮਾਮਲੇ ਦਾ ਸੈਨ ਚਾਰਜ ਰਾਗਵ ਚੱਡਾ ਨੇ ਵਿਧਾਨ ਸਭਾ ਹਲਕੇ ਪਾਰਟੀ ਤੋਂ ਉਮੀਦਵਾਰ ਸੁਖਵੀਰ ਸਿੰਘ ਮਾਈ ਸਰਖਾਨਾ ਦੇ ਹੱਕ ਵਿੱਚ ਵਕ ਵਕ ਪਿੰਡਾਂ ਤੇ ਕਸਬਿਆਂ 'ਚ ਚੋਣ ਪ੍ਰਚਾਰ ਕੀਤਾ ਚੱਡਾ ਨੇ ਮੋੜ ਵਾਸੀਆਂ ਨੂੰ ਅਪੀਲ ਕੀਤੀ ਕਿ ਮੋੜ ਹਲਕੇ ਨੂੰ ਗੈਂਗਸਟਰਾਂ ਦੀ ਲੋੜ ਨਹੀਂ ਸਗੋ ਮੋੜ ਦੇ ਪੁੱਤ ਸੁਖਵੀਰ ਸਿੰਘ ਮਾਈਸਰਖਾਨਾ ਦੀ ਲੋੜ ਹੈ ਰਾਗ ਚੱਡਾ ਨੇ ਮੋੜ ਹਲਕੇ ਚੋਣਵੀਵਾਰ ਸੁਖਵੀਰ ਮਾਈਸਰਖਾਨਾ ਦੇ ਹੱਕ 'ਚ ਵਕ ਵਕਤਾਵਾ ਤੇ ਚਾਰ ਰੈਲੀਆਂ ਨੂੰ ਸੰਬੋਧਨ ਕੀਤਾ ਗਰਦਾਸਪੁਰ ਵਿੱਚ ਬੁਲਟ ਮੋਟਰਸਾਈਕਲ ਤੇ ਪਟਾਕੇ ਮਾਰਨ ਵਾਲਿਆਂ ਪ੍ਰਸ਼ਾਸਨ ਦੀ ਟੇਢੀ ਨਜ਼ਰ ਲੱਗੇਗਾ ਮੋਟਾ ਜੁਰਮਾਨਾ ਬੀਐਮਓ ਦੀ 14 ਫਰਵਰੀ ਨੂੰ ਪੀਏਪੀ ਗਰਾਊਂਡ ਜਲੰਧਰ ਤੋਂ ਕਰਨਗਰੇ ਰੈਲੀ ਡੀਜੀਪੀ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਸੂਬਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਸ਼ੁਰੂ ਕਰ ਦਿੱਤੇ ਨੇ ਡਿਪਟੀ ਕਮਿਸ਼ਨਰ ਕਨ ਸ਼ਾਮ ਥੋਰੀ ਅਤੇ ਪੁਲਿਸ ਕਮਿਸ਼ਨਰ ਨੌ ਨਿਹਾਲ ਸਿੰਘ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ ਤੇ ਜ਼ਰੂਰੀ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਇੱਕ ਵਰਚੁਅਲ ਮੀਟਿੰਗ 'ਚ ਪੰਜਾਬ ਦੇ ਮੁੱਖ ਸਕੱਤਰ अनुरेद तिवारी ਤੇ ਡੀਜੀਪੀ ਵੀਕੇ ਪਵਰਾ ਦੇ ਨਾਲ 20 ਪ੍ਰਧਾਨ ਮੰਤਰੀ ਮੋਦੀ ਦੀ ਫਾਇਦੇ ਫੇਰੀ ਦਾ ਜਾਇਜ਼ਾ ਲਿਆ ਯੂਪੀ ਅਸੈਂਬਲੀ ਇਲੈਕਸ਼ਨ 2022 ਪਰਿਵਾਰਵਾਦੀਆਂ ਤੋਂ ਸੁਚੇਤ ਰਹਿਣ ਦੀ ਲੋੜ ਸਭ ਤੋਂ ਪਹਿਲਾਂ ਗਰੀਬਾਂ ਦੀ ਯੋਜਨਾਵਾਂ ਬੰਦ ਕਰ ਦੇਣਗੇ ਪੀਐਮ ਮੋਦੀ ਨੇ ਕਿਹਾ ਹੈ ਕਿ ਅੱਜ ਯੂਕਰਵਾਰ ਨੂੰ ਪਟਿਆਲਾ ਪਟਿਆਲੀ ਕਾਸਗੰਜ ਵਿੱਚ ਸਿੱਧੀ ਰੈਲੀ ਕੀਤੀ ਕਿ ਇਸ ਦੌਰਾਨ ਉਹਨਾਂ ਨੇ ਪਰਿਵਾਰਵਾਦੀਆਂ ਨੇ ਸਿਰਫ ਆਪਣਾ ਘਰ ਆਪਣੀ ਤਜੌਰੀ ਭਰੀਆ ਪਰ ਗਰੀਬਾਂ ਦੀ ਕਦੇ ਚਿੰਤਾ ਨਹੀਂ ਕੀਤੀ ਗਰੀਬਾਂ ਦੀ ਜ਼ਿੰਦਗੀ ਸੌਕੀ ਹੋਵੇ ਇਹ ਲੋਕਾਂ ਲੋਕ ਨਾ ਪਹਿਲਾਂ ਚਾਹੁੰਦੇ ਸਨ ਨਾ ਅੱਜ ਚਾਹੁੰਦੇ ਨੇ ਇਹ ਅਫਵਾਹਾਂ ਫਲਾਉਣ ਦੀ ਕੋਸ਼ਿਸ਼ ਪੂਰੀ ਸੀ ਕਿ ਗਰੀਬ ਪਰਿਵਾਰਾਂ ਨੂੰ ਕਰੋਨਾ ਮੁਕਤ ਟੀਕਾ ਲੱਗੇਗਾ ਪਰ ਗਰੀਬਾਂ ਦੀ ਸਰਕਾਰ ਨੂੰ ਇਹ ਕੰਮਜਾਬ ਨਹੀਂ ਹੋਣ ਦਿੱਤਾ CBSE टर्म 2 एग्जाम ਦੀਆਂ ਪ੍ਰੀਖਿਆਵਾਂ 'ਚ ਹੋਮ ਸੈਂਟਰ ਨਹੀਂ ਹੋਵੇਗਾ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ ਆਨਲਾਈਨ ਕਰਵਾਉਣ ਦੀ ਮੰਗ ਵੀ ਕਰ ਦਿੱਤੀ ਗਈ ਹੈ। ਹੋਮ ਲੋਨ ਦੀਆਂ ਵਿਆਜ ਦਰਾਂ ਅੱਗੇ ਵੀ ਰਹਿਣਗੀਆਂ ਸਸਤੀਆਂ RBI ਦੇ ਫੈਸਲੇ ਕਾਰਨ ਦੂਰ ਹੋਈ EMI ਦੀ ਟੈਨਸ਼ਨ। ਸੋ ਇਹ ਵੀ ਵੱਡੀ ਖਬਰ ਹੈ। ਸੋ ਜਾਦੀ ਜਾਣਕਾਰੀ ਲਈ ਚੈਨਲ ਦੇ ਪਾਈ ਹੋਈ ਸ਼ਾਰਟ ਵੀਡੀਓ ਦੇਖ ਸਕਦੇ ਹੋ। ਸੁਖਵੀਰ ਬਾਦਲ ਦਾ ਵੱਡਾ ਹਮਲਾ ਕਾਂਗਰਸ ਨੂੰ 10 ਤੋਂ 12 ਤੋ ਜਿਆਦਾ ਸੀਟਾਂ ਨਹੀਂ ਆਉਣੀਆਂ ਸੋ ਉਹਨਾਂ ਨੇ ਫਿਰੋਜ਼ਪੁਰ ਹਲਕਾ ਦਿਹਾਤੀ ਚ ਚੋਣ ਪ੍ਰਚਾਰ ਕਰਨ ਪੂਜੇ ਇਸ ਮੌਕੇ ਉਹਨਾਂ ਨੇ ਵਿਰੋਧੀਆਂ ਤੇ ਜੰਮ ਕੇ ਨਿਸ਼ਾਨੇ ਸਾਧਦੇ ਉਹਨਾਂ ਨੇ ਕਾਂਗਰਸ ਆਮ ਆਦਮੀ ਪਾਰਟੀ ਦੀਆਂ ਝੂਟੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿੱਚ ਉਤਰੇ ਧਰਮਵੀਰ ਗਾਂਧੀ ਹਲਕਾ ਤਰਨਤਾਰਨ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਡਾਕਟਰ ਸੁਖਮਨਦੀਪ ਸਿੰਘ ਦੇ ਹੱਕ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਸਾਬਕਾ ਜਿਹੜੇ ਐਮਪੀ ਪਟਿਆਲਾ ਤੋਂ ਪੂਜੇ ਹਨ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿੱਚ ਇਹਨਾਂ ਦੇ ਵੱਲੋਂ ਸਪੋਰਟ ਕੀਤੀ ਗਈ ਹੈ ਚੋਣ ਐਲਾਨ ਪੰਜਾਬ ਦੀ ਸੱਤਾ ਦੇ ਕਾਬਜ਼ ਹੋਣ ਦੇ ਰਸਤੇ 'ਚ ਵੱਡੀ ਰੁਕਾਵਟ ਪੈਦਾ ਕਰੇਗੀ ਨੌਜਵਾਨਾਂ ਦੀ ਅਣਦੇਖੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ 2.70 ਲੱਖ ਵੋਟਰ ਰਜਿਸਟਰਡ ਹੋਏ ਹਨ ਜਦ ਕਿ ਅਨੁਮਾਨ ਇਸ ਤੋਂ ਕਿਤੇ ਜ਼ਿਆਦਾ ਲਾਇਆ ਜਾ ਰਿਹਾ ਹੈ ਵਿਦੇਸ਼ ਜਾਣ ਦੇ ਸਮੇਤ ਵਕਵਾ ਕਰਨਾ ਕਰਕੇ ਨੌਜਵਾਨਾਂ ਨਹੀਂ ਵੋਟਾਂ ਭਾਵੇਂ ਹੀ ਉਮੀਦ ਤੋਂ ਘੱਟ ਬਣੀਆਂ ਨੇ ਪਰ ਪੰਜਾਬ ਦੀ ਸੱਤਾ ਦੇ ਕਾਬਜ ਹੋਣ ਲਈ ਇਨ੍ਹਾਂ ਵੋਟਾਂ ਦੀ ਵੱਡੀ ਐਮੀਅਤ ਰਹੇਗੀ ਸਾਰੀਆਂ ਪਾਰਟੀਆਂ ਨੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਪਰ ਨੌਜਵਾਨਾਂ ਦੀ ਅਣਦੇਖੀ ਕਾਰਨ ਸੱਤਾ ਦੇ ਕਾਬਜ ਹੋਣ ਦੇ ਰਸਤੇ 'ਚ ਵੱਡੀ ਰੁਕਾਵਟ ਪੈਦਾ ਕਰੇਗੀ ਪਾਰਟੀਆਂ ਦੀਆਂ ਯੋਜਨਾਵਾਂ ਦੇਖ ਕੇ ਹੀ ਹੋ ਰਹੀ ਆ VOTING ਬੇਨਾਰਜ਼ਗਾਰ ਦੇ ਦੇਸ਼ ਦਾ ਭਵਿੱਖ ਅਵਜਲ ਨਹੀਂ ਆ ਨਜ਼ਰ ਅੰਦਾਜ਼ੀ ਨਾਲ ਦੇਸ਼ ਦੀ ਉਮੀਦ ਅਨੁਸਾਰ ਅੱਗੇ ਨਹੀਂ ਵੱਧ ਸਕਦਾ ਵੱਡੇ ਉਯੋਗਾਂ ਨੂੰ ਸਰਦਾ ਦੇਣ ਦਾ ਸਭ ਤੋਂ ਆਸਾਨ ਰਸਤਾ ਹੈ ਪੰਜਾਬ ਦੀ ਪਾਲਿਸੀ ਆਧਾਰ ਤੇ ਪਵੇਗੀ ਯੁਵਾ ਵੋਟ ਯੂਨੀਵਰਸਿਟੀ ਬਣਾਉਣ ਵਾਲੇ ਆਜਮ ਜੇਲ੍ਹ ਚੂ ਕਿਸਾਨਾਂ ਤੇ ਜੀਪ ਚੜਾਉਣ ਵਾਲਾ ਬਾਹਰ ਅਖਿਲੇਸ਼ ਲਖੀਮਪੁਰ ਹਿੰਸਾ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜਮਾਂਦ ਮਿਲਣ ਦੇ ਭਾਰਤੀ ਜਨਤਾ ਪਾਰਟੀ ਨੇ ਨਿਸ਼ਾਨਾ ਵੇਣਦੇ ਹੋਏ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਜਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਬਣਾਉਣ ਵਾਲੇ ਆਜਮ ਖਾਨ ਝੂਠੇ ਮੁਕਦਮਿਆਂ ਕਾਰਨ ਜ਼ਿਲ੍ਹੇ ਵਿੱਚ ਹਨ ਪਰ ਕਿਸਾਨਾਂ ਅਤੇ ਜੀਪ ਨਾਲ ਕੁਚਲਣ ਵਾਲੇ ਜ਼ੇਰ ਤੋਂ ਬਾਹਰ ਭਾਜਪਾ ਦੇ ਨੇਤਾ ਫਿਰਦੇ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦੇ ਬੋਲੇ ਮਹਿਬੂਬਾ ਮੁਫਤੀ ਅਪਰਾਧੀ ਖੁੱਲੇ ਆਮ ਘੁੰਮ ਰਹੇ ਨੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ bete ਅਸ਼ੀਸ਼ ਨੂੰ ਮਿਲੀ ਜਮਾਨਤ ਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਜੀ ਪਾਰਟੀ ਦੇ ਯੂਥ ਵਿੰਗ ਦੇ ਨੇਤਾ ਵਹੀਦ ਪਰ ਅਸਮਿੱਤ ਕਈ ਲੋਕ ਕਥਿਤ ਝੂਠੇ ਦੇਚਾਂ ਦੇ ਵਿੱਚ ਜੇਲ੍ਹ ਵਿੱਚ ਹਨ ਪਰ ਕਿਸਾਨਾਂ ਨੂੰ ਵਾਹਨਾਂ ਨਾਲ ਕੁਚਲਣ ਵਾਲੇ ਕੇਂਦਰੀ ਮੰਤਰੀ ਦਾ ਪੁੱਤਰ ਸ਼ਰਿਆਮ ਕੁਮਰਿਆ ਹੈ ਕਾਂਗਰਸ ਦੇ ਸੀਐਮ ਚੰਨੀ ਦੇ ਮਾਫੀਆ ਨਾਲ ਗੱਠ ਜੋੜ ਹੋਣ ਦੀ ਸ਼ਰਿਆ ਆ ਸ਼ਮਸ਼ੀਰ ਸਿੰਘ ਦੁੱਲੋ ਵੱਲੋਂ ਪੁਸ਼ਟੀ ਕੀਤੀ ਗਈ ਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦਲਜੀਤ ਚੀਮਾ ਨੇ ਦੋਸ਼ ਲਾਇਆ ਹੈ ਸੁਖਬੀਰ ਬਾਦਲ ਦਾ ਵੱਡਾ ਐਲਾਨ ਹੈ ਜੀ ਸਰਕਾਰ ਆਉਣ ਤੇ ਫਸਲਾਂ ਪ੍ਰਤੀ 50000 ਦਾ ਹੋਵੇਗਾ ਪ੍ਰਤੀ ਏਕੜ ਬੀਮਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅੱਜ ਗੁਰੂ ਹਰਗੋਬਿੰਦ ਸਾਹਿਬ ਵਿਖੇ ਆਪਣੇ ਉਮੀਦਵਾਰ ਨੂੰ ਨਹੀਂ ਮਾਣਦੇ ਹੱਕ ਵਿੱਚ ਰੈਲੀ ਕੀਤੀ ਕਿ ਜਿਸ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ਤੇ ਸ਼ਬਦੀ ਹਮਲੇ ਕੀਤੇ ਇਸ ਦੌਰਾਨ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਫਸਲਾਂ ਦਾ ਪ੍ਰਤੀ ਏਕੜ 50000 ਰੁਪਏ ਦਾ ਬੀਮਾ ਕੀਤਾ ਜਾਵੇਗਾ ਬਾਰਡਰ ਇਲਾਕੇ ਦੇ ਵਿੱਚ ਇੰਡਸਟਰੀਆਂ ਵੀ ਖੋਲੀਆਂ ਜਾਣਗੀਆਂ ਤਤਕਾਲ ਪਾਸਪੋਰਟ 'ਚ ਗਲਤ ਜਾਣਕਾਰੀ ਦਿੱਤੀ ਤਾਂ ਫਸ ਸਕਦੇ ਹੋ ਮੁਸ਼ਕਲ ਦੇ ਵਿੱਚ ਤੁਰੰਤ ਹੋ